ਗੁਰੂ ਨੇ ਤੇਰੇ ਲਈ ਸਭ ਕੁਝ ਵਾਰ ਦਿੱਤਾ, ਇਹ ਸਿੱਖੀ ਸਾਂਭ ਕੇ ਰੱਖੀ, ਸਿੱਖੀ ਤੈਨੂੰ ਦਿੱਤੀ ਹੈ, ਪੁੱਤ ਆਪਣੇ ਵਾਰੇ ਤੇ ਆਪਣੇ ਪੁੱਤਰਾਂ ਦੀ ਖੁਸ਼ੀ, ਆ ਉਹਨਾਂ ਦੀ ਪੁੱਤਰਾਂ ਦੀ ਕੁਰਬਾਨੀ ਸਦਕਾ ਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗੋਦ ਵਿੱਚ ਹੀ ਆਪਾਂ ਬਣਾਵਾਂਗੇ, ਅੱਜ ਦਾਦੇ ਦਾ ਸ਼ੁਕਰਾਨਾ ਕਰ ਰਹੇ ਹਾਂ। ਜੇ ਕਲਗੀਧਰ ਪਾਤਸ਼ਾਹ ਪੁੱਤਰ ਨਾ ਕੁਰਬਾਨ ਕਰਦੇ, ਜੇ ਸਤਿਗੁਰੂ ਆਪਣਾ ਸਰਬੰਸ ਨਾ ਮਾਰਦੇ, ਆ ਫਿਰ ਦੋਸਤਾਂ ਦੀ ਹੋਂਦ ਹੀ ਦੁਨੀਆਂ ਦੇ ਨਕਸ਼ੇ ਤੇ ਨਹੀਂ ਸੀ ਰਹਿਣੀ। ਬੁੱਲੇ ਸ਼ਾਹ ਕਵੀ ਪਹੁੰਚਾ ਕਵੀਆਂ ਵਿੱਚੋਂ ਉਹ ਕਹਿੰਦਾ ਹੈ, ਨਾ ਮੈਂ ਬਾਤ ਕਹੂੰ ਅਬ ਕੀ, ਨਾ ਮੈਂ ਬਾਤ ਕਹੂੰ ਅਬ ਕੀ, ਕਹਿੰਦਾ ਮੈਂ ਬਾਤ ਕਰੂੰ ਜਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤਾਂ ਸੰਮਤ ਹੋਤੀ ਸਭ ਕੀ। ਉਹ ਬਾਪੂ ਨੇ ਪੁੱਤਰ ਵਾਰੇ ਤੇ ਸਿੱਖੀ ਦਾ ਤਾਜ ਆਪਣੇ ਸਿਰ ਤੇ ਪਹਿਨਾ ਦਿੱਤਾ। ਹੈ ਕੋਈ ਐਸਾ ਬਾਪੂ, ਹੈ ਕੋਈ ਐਸਾ ਪਿਤਾ, ਹੈ ਕੋਈ ਐਸਾ ਰਾਈਵਰ, ਹੈ ਕੋਈ ਐਸਾ ਦੁਨੀਆਂ ਦੇ ਉੱਤੇ ਅਵਤਾਰ ਜਿਹੜਾ ਏਡੀ ਵੱਡੀ ਕੁਰਬਾਨੀ ਕਰ ਸਕਦਾ ਹੋਵੇ। ਪੌਣੇ 42 ਸਾਲ ਦੀ ਉਮਰ, ਇਤਿਹਾਸ ਐਡਾ ਵੱਡਾ ਸੱਜ ਦਿੱਤਾ, ਉਹਨਾਂ ਨੇ ਤਾਂ ਕਿਰਪਾ ਕੀਤੀ ਆਪਣੇ ਪੁੱਤਰਾਂ ਦੇ ਲਹੂ ਨਾਲ ਖਾਲਸੇ ਪੰਥ ਦੇ ਹਿਰਦੇ ਤੇ ਇਤਿਹਾਸ ਲਿਖਿਆ। ਆਪਾਂ ਕਿਵੇਂ ਭੁੱਲ ਸਕਦੇ ਹਾਂ, ਸਾਡੇ ਦਿਲ ਦੀ ਫੱਟੀ ਤੇ ਲਿਖੇ ਹੋਏ ਨੇ ਚੋਚੀ ਚੋਚੀਆਂ, ਤੇਰੇ ਮੈਨੂੰ ਭੁੱਲਦੇ ਨਹੀਂ, ਉਹ ਤੇਰੀ ਪ੍ਰੀਤ ਦੇ ਐਸੇ ਹੱਥੇ ਚ ਬੀਤੇ ਲੱਖਾਂ ਜਾਨਵਾਂ ਦੀ ਨਾਹਾਂ ਤੋਂ ਖੁੱਲ ਗਏ ਨਹੀਂ, ਉਹ ਲੱਖਾਂ ਦੁੱਖ ਦੁਖੀ ਦੇ ਤਾਰ ਲਾਂਗੀ, ਪਰ ਤੇਰੇ ਹੱਥ ਵੀ ਆਤ ਕਦੇ ਭੁੱਲਦੇ ਨਹੀਂ। ਛਤਰ ਧਾਰੀਆਂ ਦੇ ਲੱਖਾਂ ਨੇ ਛਤਰ ਛੁੱਟੇ, ਪਰ ਤੇਰੇ ਪੈਰ ਦੀ ਜੁੱਤੀ ਦਾ ਮੁੱਲ ਦੇ ਨਹੀਂ। ਪੁੱਤ ਵਾਰ ਕੇ ਪਿਤਾ ਦਸ਼ਮੇਸ਼ ਜੀ ਨੇ ਉਹ ਕੀਤਾ ਖਾਲਸਾ ਪੰਥ ਆਜ਼ਾਦ ਵੀ ਹੋ, ਪਿਤਾ ਮਾਰਿਆ ਹਿੰਦ ਦੀ ਸ਼ਾਨ ਬਦਲੇ, ਕੀਤੀ ਜਾਦੀ ਲੁਕਾਈ ਫਰਿਆਦ ਵੀ ਹੋ, ਪਤਾ ਖੂਨ ਦਾ ਇੱਕ ਇੱਕ ਪਾਸ਼ਾਨਾ ਉਹ ਰੱਖਿਆ ਸਿੱਖੀ ਦੇ ਸਿਰ ਤੇ ਤਾਜ ਵੀ ਹੋ। ਇਹ ਮੇਰੇ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਹੈ। ਇਸ ਵਿਰਾਸਤ ਨੂੰ ਆਪਾਂ ਸੰਭਾਲੀਏ। ਅੱਜ ਹੀ ਪੌਣੇ 11 ਤੋਂ ਲੈ ਕੇ 11 ਵਜੇ ਤੱਕ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਨ ਹੈ। ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਕੇ ਆਖਣਾ ਸਤਨਾਮ ਸ੍ਰੀ ਵਾਹਿਗੁਰੂ। ਮੈਂ ਬੇਨਤੀ ਕਰਾਂ ਆਪਾਂ 1 ਮਿੰਟ ਉਹਨਾਂ ਦੇ ਯਾਦ ਅੰਦਰ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਹੋ ਕੇ ਵਾਹਿਗੁਰੂ ਦਾ ਸਿਮਰਨ ਥੋੜਾ ਚਿਰ ਕਰ ਲਈਏ। ਸੰਤਾਂ ਮੰਨ